ਜੀ ਚੰਦ ਦਿਨ ਪਹਿਲੇ ਨਾ ਲੰਡਨ ਵਿੱਚ ਈਸਾਈ ਤੇ ਮੁਸਲਮਾਨ ਇਕੱਠੇ ਹੋਏ ਸ਼ਾਇਦ ਕਿ ਜਿਨ੍ਹਾਂ ਕੋਲ ਲੈਟ ਹੈ ਉਹਨਾਂ ਮੇਰੇ ਤੋਂ ਜ਼ਿਆਦਾ ਵੇਖਿਓ ਸੀ ਬਾਰ ਬਾਰ ਵੇਖਿਓ ਸੀ ਔਰ ਉਸ ਨਸ਼ਿਸ਼ਤ 'ਚ ਇੱਕ ਈਸਾਈ ਔਰਤ ਨੇ ਸਵਾਲ ਕੀਤਾ ਉਸਨੇ ਆਖਿਆ ਕਿ ਮੈਂ ਮੁਸਲਮਾਨਾਂ ਦੀ ਕਿਤਾਬ ਕੁਰਾਨੇ ਮਜੀਦ ਤੋਂ ਬਾਅਦ ਜੋ ਸਭ ਤੋਂ ਸਹੀ ਆਦੀਸ ਦਾ ਇੱਕ ਮੁਰੱਕਾ ਹੈ ਯਾਨੀ ਸਹੀ ਬੁਖਾਰੀ ਮੈਂ ਉਸ 'ਚ ਇੱਕ ਹਦੀਸ ਪਾਕ ਪੜ੍ਹੀਏ ਮੇਰੇ ਨਬੀ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਅਗਰ ਕੋਈ ਸ਼ਖਸ ਸੁਬਹਾ ਉੱਠ ਕੇ ਇਹ ਦੁਆ ਪੜ੍ਹ ਲਏ ਉਸ ਤੋਂ ਬਾਅਦ ਉਸਨੂੰ ਕੋਈ ਜ਼ਹਿਰ ਵੀ ਪਿਵਾ ਦੇਵੇ ਅਸਰ ਨਹੀਂ ਆਉਂਦਾ ਕਿਆ ਖਿਆਲ ਹੈ ਇਹ ਹਦੀਸ ਪਾਕ ਪੜ੍ਹਨ ਤੋਂ ਬਾਅਦ ਅਗਰ ਕੋਈ ਜ਼ਹਿਰ ਵੀ ਪੀ ਲਏ ਇਹ ਇਤਨੀ ਮੁਕੱਦਸ ਦੁਆ ਹੈ ਕਿ ਜ਼ਹਿਰ ਦਾ ਅਸਰ ਨਹੀਂ ਆਉਂਦਾ ਅਤੇ ਫਿਰ ਉਹ 36-37 ਸਾਲਾ ਪ੍ਰੋਫੈਸਰ ਉਹ ਮੁਰਝਾਇਆ ਨਹੀਂ ਉਸਨੂੰ ਘਬਰਾਹਟ ਨਹੀਂ ਪੈਦਾ ਹੋਈ ਅੱਜ ਈਸਾਈਆਂ 'ਚ ਮੈਂ ਜਵਾਬ ਕਿਵੇਂ ਦੇਸਾਂ ਉਸਨੂੰ ਪਤਾ ਮੈਂ ਮੁਸਤਫਾ ਦਾ ਨੌਕਰ ਹਾਂ ਮੈਂ ਜ਼ਾਕਿਰ ਨਾਇਕ ਤਾਂ ਨਹੀਂ ਹਾਂ ਉਸਨੂੰ ਪਤਾ ਮੈਂ ਕਲਸੂਮ ਨਿਵਾਸ ਦੇ ਜਨਾਜ਼ੇ ਤੇ ਦੁਆ ਮੰਗਾਉਣ ਵਾਲਾ ਨਹੀਂ ਮੈਂ ਹਰ ਪੇੜੇ ਮੰਗਾਉਣ ਵਾਲਾ ਉਸਨੂੰ ਪਤਾ ਹੀ ਕਿ ਗੱਲ ਅੱਜ ਮੇਰੇ ਮਹਬੂਬ ਦੀ ਇੱਜ਼ਤ ਦੀ ਆ ਗਈ ਹੈ ਉਸਨੂੰ ਪਤਾ ਜਦੋਂ ਗੱਲ ਯਾਰ ਦੀ ਹੋਵੇ ਫਿਰ ਸਰ ਝੁਕਣਾ ਨਹੀਂ ਚਾਹੀਦਾ ਜਦੋਂ ਗੱਲ ਕਮਲੀ ਵਾਲੇ ਦੀ ਆ ਗਈ ਸਰ ਝੁਕਦਾ ਕਿਉਂ ਹੈ ਉਹ ਬੇਵਕੂਫਾ ਅੱਜ ਹਜ਼ੂਰ ਦੇ ਨਾਂ ਦਾ ਸਾਦਾ ਆਇਆ ਤੂੰ ਅੱਜ ਹੀ ਸਰ ਝੁਕਾ ਲਈਏ ਉਹ ਕਿਆ ਖਿਆਲ ਹੈ ਅੱਜ ਪਹਿਲੀ ਵਾਰੀ ਤਾਂ ਯਾਰ ਨੇ ਕਬੂਲ ਕੀਤਾ ਹੈ ਫਿਰ ਆ ਨਾ 27 ਗੋਲੀਆਂ ਮਾਰ ਕੇ ਦੱਸ ਆਸ਼ਕ ਆਇਆ ਐਵੇਂ ਢਿੱਲਾ ਢਿੱਲਾ ਗੱਲ ਕਰਨਾ ਇਹ ਸਟੇਜ ਨਿਤ ਨਿਤ ਨਹੀਂ ਮਿਲਦੇ ਜਦੋਂ ਮਿਲੇ ਫਿਰ ਚੱਸਦਾ ਬੋਲਿਆ ਕਰ ਖੁੱਲ ਕੇ ਤਾਂ ਬੋਲਿਆ ਕਰ ਜਨਾਬ ਤੇਰੇ ਏਡੇ ਰੰਗ ਰਿੰਗ ਢਿੰਗੇ ਤੇ ਜਨਾਬ ਇਹ ਏਡੇ ਢਿੱਲੇ ਰਿੰਗਾਂ ਨਾਲ ਤੂੰ ਆ ਕੇ ਬੰਨ ਹੈ ਤੈਨੂੰ ਨਹੀਂ ਪਤਾ ਜਨਾਬ ਜਿਹੜੀ ਤੈਨੂੰ ਕੀਮਤੀ ਰੋਟੀ ਦੇ ਦੇਣ ਕਿਸੇ ਜੱਟ ਨੂੰ ਦੇਵਣ ਜਨਾਬ ਉਹ ਡਬਲ ਕੰਮ ਕਰੇ ਹਜ਼ਰਤ ਸਾਹਿਬ ਜਿਹੜੀ ਤੁਸੀਂ ਇੱਕ ਘੰਟੇ ਸਾਰੀ ਪਹੁੰਚਾ ਵੈਂਦੇ ਹੋ ਇਹ ਰੋਟੀ ਹਲਾਲ ਤਾਂ ਆਉਂਦੀ ਹੈ ਇਹ ਫੀਸ ਹਲਾਲ ਤਾਂ ਆਉਂਦੀ ਹੈ ਇਹ ਪੈਸੇ ਹਲਾਲ ਤਾਂ ਆਉਂਦੇ ਜਦੋਂ ਕੱਲ੍ਹ ਕਮਲੀ ਵਾਲੇ ਦੀ ਇਸ ਤੋਂ ਇਲਾਵਾ ਇਹ ਨਾ ਕੋਈ ਸਮਝੇ ਕਿ ਅਸੀਂ ਫੀਸ ਲੈਣਾ ਸਾਡੀ ਫੀਸ ਹਲਾਲ ਹੋ ਰਹੀ ਹੈ ਜੇ ਗੱਲ ਮੇਰੇ ਮਹਬੂਬ ਤੇ ਦੀਨ ਦੀ ਨਹੀਂ ਇਹ ਕਰ ਰਿਹਾ ਕਿਆਮਤ ਵਾਲੇ ਦੇ ਜਕੜਿਆਂ ਵੈਣਾਂ ਦੇ ਕੋਈ ਨਹੀਂ ਛੁੱਟਣਾ ਤੁਸੀਂ ਜਨਾਬ ਇਹ ਮੈਂ ਜ਼ਰੂਰ ਅਰਜ਼ ਕਰ ਸਕਦਾ ਛੁੱਟਣ ਦਾ ਇੱਕੋ ਹੀ ਰਾਹ ਹੈ ਜਨਾਬ ਰੋਟੀ ਵੀ ਅੱਛੀ ਖਾ ਇਹ ਕੌਮ ਇੱਜ਼ਤ ਜੋ ਦੇ ਰਹੀ ਹੈ ਰੋਟੀ ਵੀ ਅੱਛੀ ਖਾ ਜਨਾਬ ਪੈਸੇ ਦੇ ਰਹੇ ਜੇ ਬੇਪਾ ਲੇਕਿਨ ਇਹ ਗੱਲ ਕਰੀ ਪੈਸੇ ਤਾਂ ਦਿਓ ਜੇ ਮੇਰੇ ਮਹਬੂਬ ਨਾਲ ਖੜੇ ਰਹੋ ਤਾਂ ਇਹ ਗੱਲ ਕਰੋ ਜਿਹੜੇ ਪੈਸੇ ਦਿੰਦੇ ਮਨਾਕ ਇਹ ਪੈਸੇ ਦੇਣਾ ਹੀ ਜਾਣਦੇ ਨੇ ਹਜ਼ੂਰ ਦੇ ਨਾਂ ਤੇ ਜਾਨ ਦੇਣਾ ਹੀ ਜਾਣਦੇ ਉਹ ਕਿਆ ਖਿਆਲ ਹੈ ਇੱਥੇ ਮੈਂ ਕਿਸੇ ਮਜਮੇ ਦੇ ਇੱਕ ਫਰਦ ਨੂੰ ਆਖਿਆ ਹਜ਼ੂਰ ਦੇ ਨਾਂ ਤੇ ਜਾਨ ਦੇਵਣ ਵਾਸਤੇ ਹੋ ਤਾਂ ਮੈਨੂੰ ਪੂਰਾ ਯਕੀਨ ਹੈ ਮੈਂ ਤਾਂ ਨਹੀਂ ਉੱਠੀ ਸਕਦਾ ਪੂਰਾ ਮਜਮਾ ਉੱਠੀ ਵੇ ਸੀ ਅੱਲਾ ਨਾਨ ਪਤਾ ਸੀ ਕਿ ਜਾਨ ਦੇਣੀ ਤਾਂ ਕੋਈ ਨਹੀਂ ਗੱਲ ਹੋ ਗਈ ਹੈ ਹੋ ਸਕਦਾ ਹਜ਼ੂਰ ਕਬੂਲ ਹੀ ਕਰ ਲੈ ਬੇਸ਼ੱਕ ਕਿਆ ਖਿਆਲ ਹੈ ਮਿਸ਼ਨ ਅਲਹਮਦੁਲਿਲਾ ਇੱਥੇ ਲੈਣੀ ਤਾਂ ਕਹੀਂ ਨਹੀਂ ਦੇ ਸਕਦੇ ਹੋ ਅਲਹਮਦੁਲਿਲਾ ਇੱਥੇ ਲੋੜ ਕੋਈ ਨਹੀਂ ਕਿਉਂਕਿ ਇੱਥੇ ਪਿੱਛੇ TLP ਵਾਲੇ ਮੌਜੂਦ ਹਨ ਜੇ ਜਾਨ ਦੇਣੀ ਪਈ ਤਾਂ ਉਹਨੇ ਦੇਣੀ ਹੈ ਲੇਕਿਨ ਮਜ਼ਹਬ ਹੈ ਅਕੀਦਾ ਇਹ ਈਮਾਨ ਹੈ ਈਮਾਨ ਦੀ ਹਰ ਹਰ ਸ਼ਾਖ ਚੋਂ ਇਹ ਆਵਾਜ਼ ਨਿਕਲ ਰਹੀ ਹੈ ਕਿ ਕਿਸੇ ਗੈਰ ਨੂੰ ਤਾਂ ਜਾਨ ਦੇਣਾ ਬੜਾ ਮੁਸ਼ਕਿਲ ਹੈ ਜੇ ਕਮਲੀ ਵਾਲੇ ਦੇ ਨਾਂ ਤੇ ਕੋਈ ਲੈ ਤੇ ਇਹ ਦੇਣਾ ਬੜਾ ਹੀ ਆਸਾਨ ਹੈ ਅੱਲਾਹ ਇਹ ਜਾਨ ਦੇਣੀ ਬੜੀ ਆਸਾਨ ਹੈ ਤੇ ਜਨਾਬ ਉਸ ਵਕਤ ਪ੍ਰੋਫੈਸਰ ਸਾਹਿਬ ਜਿਨ੍ਹਾਂ ਦਾ ਨਾਂ ਉਸਾਮਾ ਹੈ ਉਸਨੇ ਆਖਿਆ ਤੂੰ ਗੱਲ ਤਾਂ ਕੀਤੀ ਹੈ ਤੇ ਮੇਰਾ ਈਮਾਨ ਹੈ ਬੇਸ਼ੱਕ ਫਾਸਲਾ 14 ਸਦੀਆਂ ਦਾ ਹੈ ਪਰ ਗੁਲਾਮ ਦਾ ਈਮਾਨ ਉਹੀ ਹੈ ਗੁਲਾਮ ਦਾ ਈਮਾਨ ਉਹੀ ਹੈ ਜਿਹੜਾ 14 ਸਦੀਆਂ ਪਹਿਲੇ ਸਿਦੀਕ ਅਕਬਰ ਦਾ ਹੀ ਇਹ ਉਹੀ ਈਮਾਨ ਹੈ ਜੋ ਫਾਰੂਕ ਆਜ਼ਮ ਦਾ ਹੀ ਇਹ ਉਹੀ ਈਮਾਨ ਹੈ ਜੋ ਉਸਮਾਨ ਗਨੀ ਦਾ ਹੀ ਇਹ ਉਹੀ ਈਮਾਨ ਹੈ ਜੋ ਹੈਦਰ ਕਰਾਰ ਦਾ ਤੇ ਜੋ ਪੱਥਰਾਂ ਦੀ ਬਰਸਾਤ ਦੇ ਤਲੇ ਬਿਲਾਲ ਹਬਸ਼ੀ ਦਾ ਜੋ ਕੋਇਲਿਆਂ ਦੇ ਉੱਤੇ ਲੇਟੀ ਹੋਈ ਇਸ ਪੁਸ਼ ਵਾਲੇ ਦਾ ਅਕੀਦਾ ਇਹ ਉਹੀ ਅਕੀਦਾ ਹੈ ਜੋ ਅਮਾਰ ਇਬਨ ਯਾਸਰ ਦਾ ਔਰ ਉਹਨਾਂ ਦੀ ਅੰਮੀ ਜਾਨ ਔਰ ਉਹਨਾਂ ਦੇ ਵਾਲਿਦ ਗ੍ਰਾਮੀ ਦਾ ਉਸਨੇ ਆਖਿਆ ਜਨਾਬ ਇਹ ਕੋਈ ਗੱਲ ਹੈ ਜੇ ਮੇਰੇ ਮਹਬੂਬ ਫਰਮਾਇਆ ਤੇ ਫਿਰ ਜ਼ਹਿਰ ਲਾਇਓ ਮੈਂ ਪੀਣਾ ਜ਼ਹਿਰ ਲਾਇਓ ਮੈਂ ਪੀਣੀ ਹੈ ਇਸ ਵਾਸਤੇ ਕਿ ਮੇਰੇ ਮਹਬੂਬ ਦੇ ਦੀਨ ਤੇ ਹਰਫ ਨਾ ਹੋਵੇ ਹਜ਼ੂਰ ਦੀ ਇੱਜ਼ਤ ਤੇ ਹਰਫ ਨਾ ਹੋਵੇ ਕਿ ਗੁਲਾਮ ਅੱਜ ਜਾਨ ਦੇਣ ਤੋਂ ਪਿੱਛੇ ਹੋ ਗਏ ਉਸ ਆਖਿਆ ਜ਼ਹਿਰ ਪੀਣਾ ਮੇਰਾ ਕੰਮ ਹੈ ਸੰਭਾਲ ਲੈਣਾ ਸਾਈਆਂ ਦਾ ਕੰਮ ਅੱਲਾ ਵਾਹ ਕੀ ਖਿਆਲ ਹੈ ਬਹੁਤ ਖੂਬ ਮੈਂ ਆਖਿਆ ਸਭ ਤੋਂ ਵੱਡੇ ਨਲਾਇਕ ਹੀ ਮਾਸਟਰ ਤੇ ਪ੍ਰੋਫੈਸਰ ਹੁੰਦੇ ਸਭ ਤੋਂ ਵੱਡਾ ਨਲਾਇਕ ਮਹਿਕਮਾ ਹੀ ਹੈ ਵਜ੍ਹਾ ਕਿਆ ਹੈ ਕਿ ਜਨਾਬ ਮੌਲਵੀਆਂ ਤੇ ਪੁੱਤਰ ਦਿੰਦਾ ਹੀ ਕੋਈ ਨਹੀਂ ਆਦਮ ਜਿਹੜਾ ਅੰਨਾ ਹੈ ਕਾਣਾ ਹੈ ਲੂਲਾ ਹੈ ਲੰਗੜਾ ਇਹ ਮੌਲਵੀਆਂ ਦੀ ਹੋ ਤੇ ਜਿਹੜਾ ਸਭ ਤੋਂ ਅੱਛਾ ਹੁੰਦਾ ਨਾ ਤੇ ਜਿਹੜਾ ਕਰਪਟ ਜ਼ਹਿਨ ਦਾ ਮਾਲਕ ਹੁੰਦਾ ਬੱਚਾ ਉਹ ਪਹਿਲੇ ਉਸਤਾਦ ਨੂੰ ਦੇ ਦੇਣ ਉਹ ਮੈਂ ਕਹਿੰਦਾ ਏਡਾ ਸੁਥਰ ਪੁੱਤਰ ਏਡਾ ਸੁਥਰਾ ਪੁੱਤਰ ਦਿੱਤਾ ਨੇ ਉਹ ਬੇਵਕੂਫ ਮਾਸਟਰ ਆ ਐਨ ਵਾਲੀ ਬਾਤ ਆ ਸਾ ਤੂੰ ਆਗਾਜ਼ ਕਰਾ ਕੇ ਪਹਿਲੇ ਮੁਹੱਬਤ ਰਸੂਲ ਦੱਸਣੀ ਆ ਫਿਰ ਦੱਸਣਾ ਅਲੀ ਫਨਾ ਰਹੀ ਤੈਨੂੰ ਪਤਾ ਤਾਂ ਹੋਵੇ ਕਿ ਤੂੰ ਮਿਸਤਰੀ ਹੈ ਤੂੰ ਮਹਿਮਾਰ ਹੈ ਇਹ ਤੇਰਾ ਬੱਚਾ ਤੂੰ ਇਸ ਦੀ ਬੁਨਿਆਦ ਰੱਖ ਰਹੀ ਹੈ ਉਹ ਮੈਂ ਆਖਿਆ ਮਾਸਟਰ ਜੇ ਤੇਰਾ ਜ਼ਹਿਨ ਹੋਵਿਆ ਤੇ ਫਿਰ ਇਹ 5 ਮਹੀਨੇ ਸਫੀਰ ਵਾਸਤੇ ਲੈਣ ਦੀ ਜ਼ਰੂਰਤ ਕੋਈ ਨਾ ਫਿਰ ਇਮਰਾਨ ਨਿਆਜ਼ੀ ਵੀ ਆਖਿਆ ਬਾਕੀ ਗੱਲਾਂ ਬਾਅਦ ਵਿੱਚ ਪਹਿਲੇ ਕਿਆ ਬਾਤ ਵਜ੍ਹਾ ਕਿਆ ਹੈ ਕਸੂਰ ਹੋਰ ਕਿਸੇ ਦਾ ਨਹੀਂ ਮੈਂ ਆਖਿਆ ਜੇ ਮੌਲਵੀ ਦਾ ਕਸੂਰ ਹੋਵੇ ਮੈਂ ਇਨ ਗੱਜ ਕੇ ਗੱਲ ਨਾ ਕਰਾਂ ਮੈਂ ਆਖਿਆ ਕਸੂਰ ਮੌਲਵੀ ਦਾ ਹੋਵਿਆ ਸਾਡੇ ਨਕੀਬ ਗੱਲ ਇੰਨਾ ਕਰਨਾ ਕਸੂਰ ਮੌਲਵੀ ਦਾ ਸਟੇਜ ਦੇ ਲੋਕ ਇੰਨਾ ਬੋਲਣਾ ਇਹ ਸਟੇਜ ਦੇ ਲੋਕ ਬੋਲ ਕੇ ਦੱਸ ਰਹੇ ਜੇ ਅਸੀਂ ਕੁਰਾਨ ਪੜਿਆ ਹਦੀਸ ਪੜੀਏ ਫਿਰ ਨਿਚੋੜ ਵੀ ਦੱਸਿਆ ਇਸ ਦਾ ਇੱਕੋ ਹੀ ਸੱਦੇ ਬਾਬ ਹੈ ਕਿ ਅਗਰ ਕਹਿਣਾ ਤੇ ਹੁਕੀਅਤ ਚਾਹੁੰਦੇ ਹੋ ਗੁਲਾਮੀ ਰਸੂਲ
मैं आप 10 साल मैं आप स्कूल पढ़िया, लेकिन मैं पता ये लग गया कि जो तो मकतबे गया है कि उस्ताद क्यों आंदा है, शगिर्द क्या आंदा है, सने भी पता आज लग गया है कि जनाब किताब दा अदब क्या आंदा है। ए जितने पढ़े लिखे बैठे ने ना तो पूछो बस चढ़ दे, बाकी किताबां दा हशर के कर दे जी, के कर दंदे किताबां दा हशर, जनाब इस्लामियात भी होंदी है, अरबी विच होंदी है, फिर कुरान दी सूरतां भी होंदियां, तल्लुक खड़ो के एक उत्ते सुट रिया है, एक उत्ते थल्ले सुट रिया है। मैं आख्या फिर आज वेखी ए मस्जिद च नूरानी कहदा पढ़न वाला ही जे उस्ताद ने तरबियत कीती होवे इंज चौक चुक के नहीं चलदा, सीने नाल ला के चलसी, मेरे महबूब दी किताब है अल्लाह। तो फिर अदब तो सादा सिखाया स्कूल वाले हैं या मकतब वाले ने, ऐ मस्जिद वाले ने अदब सिखाया या प्रोफेसर ने सिखाया है? और मैं आख्या प्रोफेसर ने इतना अदब सिखाया है, ओ लिबास देता पुत्र घर जाके पा ही नहीं सकता जी, पा सकता है पुत्र नहीं, 20 साल का पुत्र पेंट पा के घर दाखिल हो सकता है? नहीं हो सकता। फिर मैं आख्या मकतब की करामत है, लिबास भी इतना चौड़ा पवाया है, ऐ पता तो चले कोई गैर नहीं आ रहा है मोहम्मद अरबी का नौकर, अल्लाह जिंदाबाद। क्या ख्याल है तब्दीली कितने आनी है, मकतबे चावनी है या स्कूल, तब्दीली मस्जिद चावनी है, मदरसे या यूनिवर्सिटी है? मैं आख्या उत्थे तब्दीली खा खा सकती है जिथे पहली तो बच्चा भी कट्ठा, बच्ची भी कट्ठी, यूनिवर्सिटी है BSc करने वाली औरत भी कट्ठी, मर्द भी कट्ठा, उत्थे तब्दीली नहीं आवनी, ए उत्थे तब्दीली आवनी है जिथे मकतब दे साथ ने दसना है पुत्र निगाह उठा के ना चली नूर चला वेंदा ही। सुभान अल्लाह 8 मार्च और क्या ख्याल है तब्दीली कीते हमसे जी, ते तुसी किते चलसो मकतब है इदा ही जिथे चौथे दिन वायरस आवे हैं, जिथे हर चौथे दिन वायरस आई खलीए, ए कोई एडी पलीत मर्ज है भाई जड़ी छोड़दी नहीं पई, ए मर्ज मुर्ज कोई नहीं जी, ए मर्ज हो गया तो जनाब सब तो ज्यादा मौलवियों हो गया जो असि हर जाते इकट्ठे होने, असि हर जाते इकट्ठे नहीं होते, सन नहीं हो सन पता है मर्ज कोई नहीं, तो सन पता हो ही नहीं सकती, असा दीन दे नौकर हैं जी, वो साडा बेशक ईमान कमजोर है लेकिन साडा लजपाल बड़ा डाडा जी है बेशक, ते तुसी उस नूं लजपाल मने नहीं, तुसी अज तक मने ही तो बुश ते मोदी नूं है, तुसी मने ही तो अज तक ट्रंप नूं है, जे तुसी मने आंदा रजब तैयब अर्दोगान नूं या खादिम हुसैन रज़वी नूं ते फिर सफीर कुत्ते दी जान है इत्थे रह सकदा पाकिस्तान, गुस्ताख नबी की एक सजा, गुस्ताख नबी की एक सजा, मैं जरूर अर्ज कर सकता, तो मैं जरूर अर्ज कर रही हूं कि मेरे नबी अलैहिस्सलाम दे दीवाने ने आके जनाब जहर की बोतल लेके आओ, जहर की बोतल लेके आओ, फिर वो सारे ईसाई भी, तो मैं आख्या वही लंदन की सर जमीन आई, और मैं आख्या कोई उत्थे बह के दीन के खिलाफ बोलता है, कोई उत्थे दीन का बूटा ला रही होंगे, मैं आख्या नवाज शरीफ है जरा दीन का मुखालिफ उत्थे ही, मैं आख्या मुहम्मद अरबी का नौकर है, उसनों पता है जे पाकिस्तान होवे तां भी गल हजूर जी दी, उसनों पता है जे रहमत लिल आलमीन मस्जिद होवे गल तां भी हजूर दी, जे फैजाबाद की मंडी होवे गल तां भी हजूर दी, ते फिर आ तुसीं साडे लड़ लग तो सही ना जनाब, तुसीं सिर सन खत्म दे इस्तेमाल कर दो, ते फिर जनाजे ते 5 मिनट लेट ना होवे, अब्बे जी उन्हां नूं जल्दी जल्दी भेजना अगे, ते ए पता लग सी ना अब्बे उन्हां नूं जिथे उत्थे फरिश्ते ने आख्या ना ला ना पुत्तर कपड़ा, ते जेले नाल डंडे भी खाए पता उले चलना है, तो मैं अज अर्ज कर सकना जे मौलवी जनाजा पढ़ा सकता है, मौलवी इतना तेरा खैर खा हो सकता है, ऐ तेरे पुत्र नूं करप्ट नहीं बना सकता, ऐ करप्शन की तरफ नहीं लैके जा सकता है, ऐस जो ही पाप पकड़ी इस आखना करो महबूब नाल मुहब्बत, करो मेरे महबूब नाल वफादारी, गल कर मेरे महबूब की ताकि इज्जत हासिल हो। फिर जहर दा जदों दिता गया ना वो प्रोफेसर नूं बोतल नूं माजू पै गई, तो उसने ढक्कन खोल के सारी पी छोड़ी, क्या उसने ढक्कन खोल के सारी पी दी, ईसाई सारे मुंह चुंगला पा के बह गए, कमाल होया ऐ गल तो सिदीक हो गया तो मन छोड़िया, ऐ गल तो बिलाल हो गया तो मनिया, ऐ कमाल दी महबूब दी उम्मत एक 14 सदियां बाद भी रहे ईमान एडा वड्डा, ते उस टाइम उन्हें फिर टार्चर किया, यानी उन्हें मुस्लिम आदमी नूं फिर उन्हें खंगालिया मजीद निचोड़िया, तो सही है कैसा, उन्हें आखिया जनाब ऐसी बोतल लिबाटरी जेवनी है जहर है कि नहीं, तो असं चेक कर सें जहर का असर आई कि नहीं, उस आखिया असं महबूब के नौकर हैं नकद सौदा कर रहे हैं उधार कभी नहीं किया, सके साड़ा नकद दो टोक या सौदा है जनाब, यह जी कंपनी की जहर मैंने दी ना एक बोतल लाया अद्धी मैं पी लेना अद्धी तुम पी लो, लिबाटरी भेजने की कहनी लड़ है, और मैं आख्या जे महबूब का दीवाना खड़ा हो खड़ा होना उसका काम है संभाल लेना साइया का काम है। अल्लाह ते फिर जनाब उस मजले से कमो बेशो आदमी 6 घंटे बैठा रही है ते सारे दर्द भी नहीं हुई, तो उसनु पता है ऐ ता गायब है,
ਇਹ ਤਾਂ ਗਾਇਬ ਹੈ, ਇਹ ਤਾਂ ਕੁੱਲੀ ਇਲਮ ਹੈ, ਇਹ ਤਾਂ ਮੇਰੇ ਮਹਿਬੂਬ ਦੀ ਇਲਮ ਇਲਮ ਦੀ ਸ਼ਾਨ ਹੈ ਕਿ ਹਜ਼ੂਰ ਮਦੀਨਾ ਜਲਵਾ ਕਰ ਰੋਵਨ, ਉਮਤ ਹੀ ਲੰਦਨ ਚ ਹੋਵੇ, ਹਜ਼ੂਰ ਮੋਢੇ ਤੇ ਹੱਥ ਰੱਖਦੇ ਨੇ, ਕੁਝ ਨਹੀਂ ਹੋਇਆ ਮੈਂ ਜੋ ਨਾਲ ਯਾਰ ਮੰਨਣਾ ਕਿ ਇੰਜ ਮੰਨਣਾ ਨੇ ਜੀ, ਇੰਜ ਮੰਨਣਾ ਨੇ, ਜੇ ਇੰਜ ਨਹੀਂ ਮੰਨਿਆ ਤਾਂ ਹਾਸਲ ਕੁਝ ਵੀ ਨਹੀਂ ਹੋਣਾ। ਮੈਂ ਕਿਹਾ ਸਾਡੀ ਨਮਾਜ਼ਾਂ ਨਾਲ ਨਿਜਾਤ ਤੇ ਰੋਜ਼ਿਆਂ ਨਾਲ ਕੋਈ ਨਹੀਂ ਹੋਣੀ, ਸਾਡੀ ਨਿਜਾਤ ਹੋਣੀ ਹੈ ਜਦੋਂ ਇਸ ਸੀਨੇ ਚ ਇਸ਼ਕ ਮੁਸਤਫਾ ਦੀ ਅੱਗ ਬੜਕ ਰੋਸ਼ਨ ਕਰ ਗਈ ਸਾਰਿਆਂ ਨੂੰ। ਇਹ ਜਦੋਂ ਚਿਰਾਗ ਜਲਿਆ ਤੇ ਹਰ ਸੂ ਇਸ ਦੇ ਉਜਾਲੇ ਹੋਏ, ਤੇ ਫਿਰ ਜਦੋਂ ਪੀਪੀ 130 ਚ ਲੱਭੈਕ ਦਾ ਇੱਕ ਕੈਂਡੀਡੇਟ ਆਇਆ ਤੇ ਜਿਸ ਨੂੰ ਕੌਮ ਨੇ ਨਵਾਜ਼ਿਆ, ਉਹਨਾਂ ਆਖਿਆ ਮੰਗਣ ਦੀ ਲੋੜ ਕੋਈ ਨਹੀਂ, ਤੈਨੂੰ ਪਤਾ ਨਹੀਂ ਹੈ ਮੁਹੰਮਦ ਅਰਬੀ ਦਾ ਨੌਕਰ ਹੈ, ਤੁਸੀਂ ਇੱਥੇ ਵੋਟ ਮੰਗ ਰਹੇ ਹੋ, ਇਹ ਵੋਟ ਉੱਥੇ ਮੰਗੋ ਜਿੱਥੇ ਨੌਕਰ ਨਹੀਂ ਵਸਦੇ, ਇਹ ਨੌਕਰ ਇਹਨੇ ਘਰ ਆ ਕੇ ਵੋਟ ਦੇਣਾ, ਇਹਨੇ ਘਰ ਦੇ ਸੋ ਜਾਂ ਮੰਗਣਾ ਤੁਸੀਂ, ਤੁਸੀਂ ਆਖਣਾ 100 ਵਾਰ ਵੀ ਮੰਗੋ ਸੀ ਕੋ ਦੇਣਾ, ਬਈ ਇਹ ਗੱਲ ਈਮਾਨ ਦੀ ਹੈ, ਸੌਦਾ ਈਮਾਨ ਦਾ ਹੈ, ਅੱਜ ਵਾਅਦਾ ਕਰੋ ਇਸ ਵਾਰੀ ਆਖਰੀ ਅੰਗੂਠਾ ਚੁੰਮਣ ਵਾਲਾ ਆਖਰੀ ਮੋਹਰ ਲਾਏ, ਹੋ ਸਕਦਾ ਜਨਾਬ 2028 ਕਿੱਥੇ 2023 ਕਿੱਥੇ, ਇਹ 2 ਸਾਲ ਬਾਅਦ ਜੇ ਵਾਰ ਆਇਆ ਤਾਂ ਫਿਰ ਨਿਕਲ ਕੇ ਦੱਸਣਾ ਹੈ ਹੁਣ ਬੱਲਾ ਤੇ ਸ਼ੇਰ ਨਹੀਂ ਆਉਣਾ, ਹੁਣ ਮੁਹੰਮਦ ਅਰਬੀ ਦਾ ਨੌਕਰ, ਕੋਈ ਸ਼ੇਰ ਜਲੀ ਲੋਕ ਵੀ ਆਉਣੇ ਇਨਸ਼ਾ ਅੱਲਾਹ।